पंजाब सरकार के पंजाब में नशे की रोकथाम के बड़े बड़े दावों की हवा निकलते साफ देखी जा सकती है। खबर नाभा से है। यहां नशा बेच रहे लोगों द्वारा उनका विरोध कर रहे एक नौजवान के साथ मारपीट की गई और उसके धार्मिक कंकालों की बेअदबी भी की गई। इस संबंधित उक्त नौजवान ने पुलिस को शिकायत की पर कोई कार्रवाई न की गई, जिससे गुस्साए हुए लोगों ने धरना प्रदर्शन करते हुए चक्का जाम किया और प्रशासन से इंसाफ की गुहार लगाई। वहीं मामले को लेकर थाना के इंचार्ज शशि कपूर ने कहा कि कुछ आरोपियों की गिरफ्तारी हो चुकी है और आगे की कार्रवाई जारी है। ਖਾਲਸਾ ਵੀਰ ਜੀ ਕੀ ਫਤਿਹ। ਵੀਰ ਜੀ ਮੈਂ ਨਾ ਜੀ ਇਹਨਾਂ ਨਸ਼ਾ ਵਿਰੋਧੀ ਇਹਨਾਂ ਦਾ ਕੋਲ ਗਿਆ ਸੀਗਾ ਜੀ, ਕੋਈ ਬੰਦਾ ਚਿੱਟਾ ਲੈ ਕੇ ਇਹਨਾਂ ਕੋਲੋਂ ਘਰਾਂ 'ਚੋਂ ਨਿਕਲਿਆ ਅਤੇ ਮੈਂ ਇਹਨਾਂ ਦੇ ਇੱਕ ਬੰਦੇ ਨੂੰ ਕਿਹਾ ਵੀ ਤੁਸੀਂ ਚਿੱਟਾ ਵਿੱਚ ਨੂੰ ਹਟੋ ਅਤੇ ਇਹਨਾਂ ਨੇ ਇੰਨੀ ਸੁਣਵਾਈ 'ਚ ਮੇਰੀ ਕੋਈ ਨਹੀਂ ਸੁਣੀ। ਇਹਨਾਂ ਨੇ ਨਾ ਜੀ ਸਾਰੇ ਮਹਿਕਮੇ ਨੇ ਇਕੱਠਾ ਹੋ ਕੇ ਇਹਨਾਂ ਦੇ ਡੇਰਿਆਂ ਨੇ ਮੇਰੇ 'ਤੇ ਹੱਥਾਂ ਪਾਈ ਸ਼ੁਰੂ ਕਰ ਦਿੱਤੀ ਜੀ, ਗਾਲਾਂ ਗਲੋਚ ਕਰੇ ਅਤੇ ਮੇਰੀ ਦਸਤਾਰ ਲਾਈ ਇਹਨਾਂ ਨੇ ਅਤੇ ਮੇਰੀ ਕਿਰਪਾਨ 'ਤੇ ਹੱਥ ਵੀ ਪਾਏ ਜੀ ਇਹਨਾਂ ਨੇ ਅਤੇ ਮੇਰੇ ਕੇ ਸੀ ਪੱਟੇ ਜੀ ਇਹਨਾਂ ਨੇ। ਰਾਜਵਿੰਦਰ, ਹਾਂਜੀ ਰਾਜਵਿੰਦਰ ਨਾਮ ਸੀਗਾ ਜੀ ਮੁੰਡੇ ਦਾ, ਡੇਰਾ ਸੀ ਇਹਨਾਂ ਦੇ, ਘਰ ਦੇ ਪਰਿਵਾਰ ਸੀ ਮੈਂਬਰ ਸਾਰੇ ਜੀ ਇਹਨਾਂ ਦੇ। ਸਾਨੂੰ ਫੌਜਾ ਸਿੰਘ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਸਾਡੀ ਇਹੀ ਮੰਗ ਆ ਜੀ, ਇੱਕ ਤਾਂ ਮੈਨੂੰ ਮੇਰੀ ਇੱਜ਼ਤ ਬੜੀ ਬੇਅਦਬੀ ਜਿਹੜੀ ਕੀਤੀ ਹੈ ਜੀ, ਉਹਦਾ ਮੈਨੂੰ ਫੈਸਲਾ ਪੂਰਾ ਮਿਲਣਾ ਚਾਹੀਦਾ, ਹੱਕ ਮਿਲਣਾ ਚਾਹੀਦਾ, ਇਨਸਾਫ ਮਿਲਣਾ ਚਾਹੀਦਾ ਜੀ। ਤੇ ਇੱਕ ਜਿਹੜੀ ਚਿੱਟਾ ਵੇਚ ਰਹੇ ਨੇ ਜੀ, ਸਿਰਫ ਚਿੱਟਾ ਵਿਕ ਰਿਹਾ ਸਾਡੇ ਪਿੰਡ ਵਿੱਚ, ਬੰਦ ਕੀਤਾ ਜਾਵੇ ਜੀ। ਪੰਜਾਬ ਸਰਕਾਰ ਨੇ ਕਿਹਾ ਸੀ ਵੀ ਨਸ਼ਾ ਜਿਹੜਾ, ਨਹੀਂ ਪੰਜਾਬ ਸਰਕਾਰ ਨੇ ਕੁਛ ਨਹੀਂ ਕੀਤਾ ਸਾਡੇ ਜੀ, ਸਾਡੇ ਸਿਰਫ ਚਿੱਟਾ ਵਿਕ ਰਿਹਾ ਜੀ, ਦੁੱਗਣਾ ਹੋ ਗਿਆ ਜੀ ਹੁਣ ਤਾਂ ਪਹਿਲਾਂ ਨਾਲੋਂ। ਹਾਂਜੀ ਕੁਛ ਕੁਛ ਐਂ ਵਿਕ ਰਿਹਾ, ਸਿਰਫ ਵਿਕ ਰਿਹਾ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਚਿੱਟਾ ਵਿਕ ਵਿਕਦਾ ਜਾ ਰਿਹਾ ਜੀ। ਸਾਡੇ ਪੁਲਾਂ ਤੇ ਚੌਂਕੀ ਇੰਚਾਰਜ ਮਨਜੀਤ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਨੇ, ਇਹਨਾਂ ਲਵੇ ਮੁਲਾਜ਼ਮ ਨਹੀਂ ਹੈਗੇ ਜੀ, ਚੌਂਕੀ ਦੇ ਵਿੱਚ ਮੁਲਾਜ਼ਮ ਨਹੀਂ ਹੈਗੇ, ਮੁਲਾਜ਼ਮ ਨਾ ਹੋਣ ਕਰਕੇ ਇਹ ਚਿੱਟਾ ਵੱਧ ਵੇਚਦੇ ਨੇ। ਇਹ ਬਹੁਤ ਵਧੀਆ ਕੰਮ ਕਰਦੇ ਨੇ, ਦਿਨ ਰਾਤ ਇੱਥੇ ਖੜੇ ਰਹਿੰਦੇ ਨੇ, ਪਰ ਲੇਡੀ ਮੁਲਾਜ਼ਮ ਵੀ ਮਿਲਣੇ ਚਾਹੀਦੇ ਕਰਕੇ ਰੇਟ, ਅਸੀਂ ਇਹਨਾਂ ਦੇ ਨਾਲ ਆਏ, ਸਾਡੇ ਨਾਲ ਪੂਰਾ ਸਹਿਯੋਗ ਦਿੰਦੇ ਨੇ ਮਨਜੀਤ ਸਿੰਘ, ਠੀਕ ਆ। ਬਾਕੀ ਫੋਰਸ ਦਿੱਤੀ, ਇੱਕ ਹੋਰ ਰਾਜਵਿੰਦਰ ਮੁੰਡਾ ਗ੍ਰਿਫਤਾਰ, ਰਾਜਵਿੰਦਰ ਮੁੰਡਾ ਜੀ ਨੇ ਹਮਲਾ ਕੀਤਾ, ਉਹ ਗ੍ਰਿਫਤਾਰ ਕੀਤਾ ਜਾਵੇ, ਨਹੀਂ ਫਿਰ ਹੋਰ ਤਿੱਖਾ ਸੰਘਰਸ਼ ਕਰਾਂਗੇ। ਕਰਦੇ ਨੇ ਉਰੇ ਲੇਡੀ ਮੁਲਾਜ਼ਮ ਦੀ ਜ਼ਿਆਦਾ ਘਾਟ ਆ ਜੀ, ਕਿਉਂਕਿ ਜੀ ਮਨਜੀਤ ਸਿੰਘ ਤਾਂ ਜੀ ਬਹੁਤ ਵਧੀਆ ਕੰਮ ਕਰ ਰਿਹਾ। ਅਸੀਂ ਕਹਿੰਦੇ ਹਾਂ ਵੀ ਸਾਡੀ ਚੌਂਕੀ 'ਚ ਮੁਲਾਜ਼ਮ ਵੱਧ ਹੋਣ ਅਤੇ ਲੇਡੀ ਮੁਲਾਜ਼ਮ ਹੋਣ, ਨਵੀਆਂ ਲੜਕੀਆਂ ਹੋਣ, ਤੇ ਪੱਕਾ ਇੱਥੇ ਨਾਕਾ ਲੱਗੇ, ਕਿਉਂਕਿ ਉਰੇ ਜੀ ਨਸ਼ਾ ਬਿਲਕੁਲ ਬੰਦ ਹੋਣਾ ਚਾਹੀਦਾ ਜੀ। ਸਾਡੇ ਪਿੰਡ 'ਚ ਵੀ ਹੱਦ ਤੋਂ ਜ਼ਿਆਦਾ ਨਸ਼ਾ ਵੱਧ ਗਿਆ ਉਰੇ ਜੀ, ਚਿੱਟਾ ਵਿਕਦਾ ਜੀ, ਸੁਲਫਾ ਵਿਕਦਾ ਜੀ, ਉਰੇ ਭੁੱਕੀ ਸਭ ਕੁਛ ਵਿਕਦਾ ਜੀ ਸੜਿਆਮ। ਅਸੈਸਰ ਨੂੰ ਲਿਖ ਕੇ ਦੇ ਤਾ ਜੀ ਮਤੇ ਪਾਤੇ ਜੀ, ਤੇ ਅੱਜ ਕੋਈ ਕਾਰਵਾਈ ਨਹੀਂ ਹੋ ਰਹੀ ਜੀ। ਉਹ ਲਿਖ ਕੇ ਲੈ ਜਾਂਦੇ ਨੇ ਵੀ ਤੁਹਾਨੂੰ 24 ਘੰਟੇ ਨਾਕਾ ਦੇਵਾਂਗੇ, ਪਰ ਸਾਨੂੰ ਅੱਜ ਤਾਈਂ 24 ਘੰਟੇ ਨਾਕਾ ਹੀ ਨਹੀਂ ਮਿਲਿਆ। ਧਰਨਾ ਸੀ ਇਹੀ ਲਾਇਆ ਵੀ 24 ਘੰਟੇ ਨਾਕਾ ਲਵੇ ਜੀ, ਅਤੇ ਮੁਲਾਜ਼ਮ ਨਵੇਂ ਮੁਲਾਜ਼ਮ ਲੱਗਣ ਚੌਂਕੀ 'ਚ, ਜਿਹੜੇ ਪੁਰਾਣੇ ਮੁਲਾਜ਼ਮ ਨੇ ਉਹ ਇਹਨਾਂ ਨੂੰ ਆਪੇ CID ਦੇ ਦਿੰਦੇ ਨੇ, ਤੇ ਮਨਜੀਤ ਸਿੰਘ ਤੋਂ ਸਾਨੂੰ ਕੋਈ ਇਤਰਾਜ਼ ਨਹੀਂ, ਉਹ ਇਕੱਲਾ ਸਾਡੇ ਪਿੰਡ ਦੀ ਹੈਲਪ ਕਰ ਰਿਹਾ ਜੀ। ਮਦਦ 'ਚ ਹੋਇਆ ਤੇ ਉਹਦੇ 'ਚ ਕੁਛ ਬੰਦੇ ਅਸੀਂ ਰਿਸਕ ਕਰ ਲਏ, ਕੁਛ ਰਹਿੰਦੇ ਆ। ਕੋਪਰੇਟ ਨੀ ਕਰਦੇ ਹੈਗੇ, ਦੋ ਚਾਰ ਬੰਦੇ ਹੈਗੇ ਨੇ, ਅਸੀਂ ਇਹਨਾਂ ਦੇ ਰੇਡਾਂ ਕਰਕੇ ਮੁਕੱਦਮੇ ਦਰਜ ਕਰ ਰਹੇ ਆ, ਕਰਦੇ ਕੋਈ ਨਾ ਕਰਦੇ ਨਹੀਂ, ਉਹ ਮੁਕੱਦਮਾ ਦਰਜ ਹੈਗਾ ਉਹਨਾਂ ਦੇ ਜਿਹੜੇ ਪੰਜ ਸੱਤ, ਉਹਨਾਂ ਨੂੰ ਕਰਦੇ ਗੱਲ। ਨਾਭਾ ਤੇ ਰਾਜੇਸ਼ ਬਜਾਜ ਕੀ ਰਿਪੋਰਟ, ਸਿਟੀ ਹੋਮ ਨਿਊਜ਼।